ਇੱਥੋਂ ਬਿੰਦਰ ਲੱਖਾਂ ਹੋਣੀ ਜਿਹੜੇ ਕਿ ਇੱਥੋਂ ਮੈਦਾਨ 'ਚ ਉਤਰਨਗੇ ਅਤੇ ਗੱਲਬਾਤ ਕਰਾਂਗੇ। ਸਰ ਪਹਿਲਾਂ ਤਾਂ ਨਿਊਜ਼ 18 ਦਾ ਤੁਹਾਡਾ ਸਵਾਗਤ ਹੈ। ਸਰ BSP ਮੈਦਾਨ 'ਚ ਉਤਰਨ ਲੱਗੀ ਹੈ, ਹਾਲ ਹੀ ਵਿੱਚ ਚੋਣਾਂ ਹੋਈਆਂ, ਕਾਫ਼ੀ ਬੁਰੀ ਹਾਲ ਜਿਹੜੀ ਕਹਿ ਸਕਦੇ ਹੋਈ ਹੈਗੀ ਹੈ, ਅਤੇ ਵੈਸਟ ਵਿੱਚ ਵੋਟ ਪਰਸੈਂਟੇਜ ਬਹੁਤ ਘੱਟ ਹੈ, ਤਾਂ ਕਿੱਦਾਂ ਦੇਖਦੇ ਪਏ? ਦੇਖੋ ਇਹ ਜਿਹੜੀ ਹੈਗੀ ਆ ਬੈਸਟ ਏਰੀਆ ਦੀ ਜਿਹੜੇ ਲੋਕ ਆ ਉਹ ਬਹੁਤ ਪਰੇਸ਼ਾਨ ਹੈ ਇੱਥੇ, ਉਹ ਆਪਣੇ ਆਪ ਨੂੰ ਠੱਗਿਆ ਮਹਿਸੂਸ ਕਰ ਰਹੇ ਆ। ਉਹਨਾਂ ਨੇ ਇੱਕ ਵਾਰੀ ਉਹਨਾਂ ਨੂੰ ਮੌਕਾ ਦਿੱਤਾ, ਉਹਨਾਂ ਨੇ ਮੌਕੇ ਤੋਂ ਬਾਅਦ ਮਤਲਬ ਐਡੀ ਕਿਹੜੀ ਮਜਬੂਰੀ ਸੀ ਜਿਹੜਾ ਅਸਤੀਫਾ ਦੇ ਕੇ ਮਤਲਬ ਦੂਜੀ ਪਾਰਟੀ ਦੇ ਵਿੱਚ ਚਲੇ ਗਏ, ਤਾਂ ਹੁਣ ਦੂਜੀ ਪਾਰਟੀ ਉਹ ਇਲੈਕਸ਼ਨ ਲੜ ਰਹੇ। ਲੋਕ ਜਿਹੜੇ ਲੋਕਾਂ ਨੇ ਉਹਨਾਂ 'ਤੇ ਭਰੋਸਾ ਕੀਤਾ ਉਹ ਉਹਨਾਂ ਤੋਂ ਕੀ ਉਮੀਦਾਂ ਰੱਖਣਗੇ? ਤਾਂ ਇਸ ਕਰਕੇ ਸਾਨੂੰ ਲੱਗਦਾ ਆ ਵੀ ਲੋਕ ਚਾਹੁੰਦੇ ਆ ਵੀ ਬਦਲਾਅ, ਅਤੇ ਬਦਲਾਅ ਚਾਹੁੰਦੇ। ਸਾਨੂੰ ਲੋਕਾਂ ਨੇ ਕਿਹਾ, ਅਸੀਂ ਆਮ ਲੋਕਾਂ ਦੀ ਰਾਏ ਲਈ ਆ, ਅਤੇ ਉਹਨਾਂ ਨੇ ਕਿਹਾ ਵੀ BSP ਨੂੰ ਮੈਦਾਨ 'ਚ ਆਉਣਾ ਚਾਹੀਦਾ, ਅਤੇ ਇਸ ਕਰਕੇ ਅਸੀਂ ਜ਼ਿਮਨੀ ਚੋਣ ਜਿਹੜੀ ਆ ਸਾਡੀ ਪਾਰਟੀ ਹਾਈਕਮਾਂਡ ਭੈਣ ਕੁਮਾਰੀ ਮਾਇਆਵਤੀ ਜੀ, ਮੈਂ ਉਹਨਾਂ ਦਾ ਬਹੁਤ ਬਹੁਤ ਧੰਨਵਾਦੀ ਹਾਂ ਜਿਨ੍ਹਾਂ ਨੇ ਮੇਰੇ 'ਤੇ ਭਰੋਸਾ ਕੀਤਾ, ਔਰ ਪੂਰੀ ਪੰਜਾਬ ਦੀ ਲੀਡਰਸ਼ਿਪ ਉਹਨਾਂ ਨੇ ਮੈਨੂੰ ਇਸ ਯੁੱਗ ਸਮਝਿਆ ਵੀ ਜੋ ਅਸੀਂ ਇਹਨਾਂ ਨੂੰ ਟੱਕਰ ਦੇ ਸਕਦੇ ਹਾਂ। ਔਰ ਮੈਂ ਪਾਰਟੀ ਨੂੰ, ਮੈਂ ਬਹੁਤ ਸਾਰੇ ਜਿੰਨੇ ਵੀ ਸਾਡੇ ਲੀਡਰ ਨੇ, ਮੈਂ ਧੰਨਵਾਦੀ ਹਾਂ ਜਿਨ੍ਹਾਂ ਨੇ ਮੈਨੂੰ ਇਸ ਕਾਬਲ ਸਮਝਿਆ। ਬਿੰਦਰ ਜੀ, ਪਹਿਲੀ ਚੋਣ ਤੁਸੀਂ ਲੜਨ ਜਾ ਰਹੇ ਹੋ, ਪਹਿਲਾਂ ਤੋਂ ਵਾਲਾ ਐਕਸਪੀਰੀਅੰਸ ਨਹੀਂ ਹੈਗਾ, ਅਤੇ ਦੂਜੇ ਪਾਸੇ ਸ਼ੀਤਲ ਅੰਗਰਾਲ ਹੋਣੀ ਜੋ ਕਿ 2022 'ਚ ਚੋਣ ਜਿੱਤੇ ਹੈਗੇ, ਮਹਿੰਦਰ ਭਗਤ ਹੋਣੀ ਆ, ਉਹਨਾਂ ਦਾ ਪਰਿਵਾਰ ਵੀ ਸ਼ੁਰੂ ਤੋਂ ਰਿਹਾ ਵਾ ਰਾਜਨੀਤੀ ਵਿੱਚ, ਅਤੇ ਉਸ ਤੋਂ ਇਲਾਵਾ ਜਿਹੜੇ ਬਾਕੀ ਦੋ ਹੈ ਕੌਂਸਲ ਰਹਿ ਚੁੱਕੇ ਨੇ, ਚਾਹੇ ਅਕਾਲੀ ਦਲ ਦੀ ਗੱਲ ਕਰੀਏ ਜਾਂ ਫਿਰ ਕਾਂਗਰਸ ਦੀ ਗੱਲ ਕਰੀਏ, ਕਿਉਂਕਿ ਜਿਹੜੀ ਕਾਂਗਰਸ ਉਮੀਦਵਾਰ ਹੈ ਉਹ ਡਿਪਟੀ ਮੇਅਰ ਵੀ ਰਹਿ ਚੁੱਕੀ ਹੋਈ ਹੈ, ਕੰਪਟੀਸ਼ਨ ਕਿੰਨਾ ਦੇਖਦੇ ਨੇ? ਦੇਖੋ ਪਹਿਲਾਂ ਤਾਂ ਦਲ ਬਦਲਾਂ ਦੀ ਇੱਥੇ ਨੀਤੀ ਚੱਲਦੀ ਹੈ, ਜਿਹੜੇ ਇੱਕ ਪਾਰਟੀ ਦੇ ਵਿੱਚ ਛਾਲ ਮਾਰੀ ਤਾਂ ਦੂਜੇ 'ਚ ਚਲੇ ਗਏ, ਦੂਜੇ 'ਚ ਛਾਲ ਮਾਰੀ ਤਾਂ ਇੱਧਰ ਆ ਗਿਆ, ਤਾਂ ਤੀਜੇ 'ਚ ਆ ਰਿਹਾ। ਇਹ ਮਤਲਬ ਇਹਨਾਂ ਦੀ ਇੱਕ ਇੱਕ ਪਾਰਟੀ ਦੇ ਵਿੱਚ ਤਾਂ ਹੈ ਨਹੀਂ ਗਈ, ਇਹ ਦੂਜੀ ਤੀਜੀ ਪਾਰਟੀ। ਮੈਨੂੰ ਇੰਨਾ ਪਤਾ ਵੀ ਜਿਹੜਾ MLA BJP ਨੇ MLA ਦਿੱਤਾ ਹੈ, ਜਿਹੜੀ MLA ਚੋਣ ਲੜ ਰਿਹਾ ਆ ਉਹ ਸਭ ਤੋਂ ਪਹਿਲਾਂ BJP 'ਚ ਸੀ, ਫਿਰ ਉਹਨੇ ਮੌਕਾ ਪਾਇਆ ਆਮ ਪਾਰਟੀ 'ਚ ਆ ਗਿਆ, ਆਮ ਪਾਰਟੀ ਦੇ ਵਿੱਚ ਨਹੀਂ ਗੱਲ ਬਣੀ, ਉਹ ਦੁਬਾਰਾ ਫਿਰ BJP ਚਲਾ ਗਿਆ। ਹੁਣ ਮੈਨੂੰ ਇੱਕ ਗੱਲ ਤੁਸੀਂ ਇਹ ਦੱਸੋ ਵੀ ਕੱਲ੍ਹ ਤੱਕ ਉਹ ਕਹਿੰਦਾ ਸੀ ਕਿ BJP ਮੈਨੂੰ 25 ਲੱਖ ਦੀ ਜਿਹੜੀ ਔਫਰ ਦੇ ਰਹੀ 25 ਲੱਖ ਦਾ, ਅਤੇ ਮੈਂ DGP ਨੂੰ ਮੈਂ ਉਹਦੀ ਸ਼ਿਕਾਇਤ ਕਰਕੇ ਆ ਗਈ ਮੈਨੂੰ, ਅਤੇ ਹੁਣ ਮੈਂ ਪੁੱਛਣਾ ਚਾਹੁੰਦਾ ਇਸ ਚੀਜ਼ ਦਾ ਵੀ ਉਹ ਜਿਹੜਾ 25 ਲੱਖ ਵਾਲਾ ਕੀ ਮਾਮਲਾ ਉਹ ਦਫਾ ਤਫਾ ਹੋ ਗਿਆ, ਕਿ ਇਹਨਾਂ ਨੂੰ 25 ਜਿਹੜਾ ਕਰੋੜ ਸੀ 25 ਕਰੋੜ ਸੋਰੀ ਜਿਹੜਾ ਸੀਗਾ ਉਹ ਮਿਲ ਗਿਆ? ਮੁੱਦੇ ਕਿਹੜੇ ਦੇਖਦੇ ਪਏ ਤੁਸੀਂ ਵੈਸਟ ਹੋ ਕੇ? ਤੁਸੀਂ ਕਹਿੰਦੇ ਲੋਕ ਤੁਹਾਨੂੰ ਕਹਿੰਦੇ ਕਿ ਤੁਸੀਂ ਚੋਣ ਲੜੋ ਜਾਂ BSP ਮੈਦਾਨ 'ਚ ਉਤਰੇ, ਕਿਉਂਕਿ ਨਸ਼ੇ ਦਾ ਮੁੱਦਾ ਬਹੁਤ ਵੱਡਾ ਮੁੱਦਾ ਵਾ, ਪਾਣੀਆਂ ਦਾ ਮੁੱਦਾ ਵਾ, ਇੱਥੇ ਤੁਹਾਨੂੰ ਕਿਹੜੇ ਮੁੱਦੇ ਲੱਗਦੇ? ਦੇਖੋ ਜਿਹੜਾ ਨਸ਼ੇ ਦਾ ਮੁੱਦਾ ਆ ਉਹ ਤਾਂ ਸਭ ਤੋਂ ਗੰਭੀਰ ਮੁੱਦਾ ਆ। ਦੇਖੋ ਮਾਵਾਂ ਦੇ ਪੁੱਤਰ ਗਰੀਬ ਬੱਚੇ ਜਿਹੜੇ ਆ ਉਹ ਨਸ਼ੇ ਦੀ ਆੜ ਦੇ ਵਿੱਚ ਘਰਾਂ ਦੇ ਘਰ ਬਰਬਾਦ ਹੋ ਰਹੇ ਆ, ਉਹ ਜਿਹੜੇ ਮਾੜੇ ਮੋਟੇ ਘਰ ਮਾੜੇ ਘਰ ਸੌਖੇ ਆ ਉਹ ਆਪਣੇ ਬੱਚਿਆਂ ਨੂੰ ਬਚਾਉਣ ਵਾਸਤੇ ਬੱਚਿਆਂ ਨੂੰ ਵਿਦੇਸ਼ਾਂ 'ਚ ਭੇਜ ਰਹੇ ਆ, ਪੰਜਾਬ ਦੀ ਜਵਾਨੀ ਖਤਮ ਹੋ ਰਹੀ ਹੈ। ਇਸ ਕਰਕੇ ਲਾਅ ਐਂਡ ਆਰਡਰ ਦੇ ਵਿੱਚ ਕੋਈ ਸੁਧਾਰ ਨਹੀਂ ਹੈਗਾ, ਚੋਰੀਆਂ ਡਕੈਤੀਆਂ ਬਹੁਤ ਜ਼ਿਆਦਾ ਹਾਲਾਤ ਮਾੜੇ ਆ। ਇਹਨਾਂ ਨੇ ਇਹ ਜਿਹੜੀਆਂ ਪਾਰਟੀਆਂ ਸੀ ਸੱਤਾਧਾਰੀ ਪਾਰਟੀਆਂ ਆ ਬਦਲ ਕੇ ਪੰਜ ਸਾਲ ਬਾਅਦ 5 ਸਾਲ ਹੋ ਅਤੇ 5 ਸਾਲ ਹੋ ਕੀਤਾ, ਕਿਸੇ ਨੇ ਕੋਈ ਸੁਧਾਰ ਨਹੀਂ। ਕਿਸੇ ਵੀ ਪਾਰਟੀ ਨਸ਼ਾ ਫੈਲਾਉਣ ਵਾਲੀ ਇਹ ਪਾਰਟੀਆਂ ਤਾਂ ਨਸ਼ਾ ਖਤਮ ਕਿੱਦਾਂ ਕਰ ਦੇਣਗੀਆਂ? ਅਸੀਂ ਲੋਕਾਂ ਨੂੰ ਇਹ ਮਤਲਬ ਅਸੀਂ ਆਪਣੇ ਵੱਲੋਂ ਇਹ ਸੰਦੇਸ਼ਾ ਦਿੰਦੇ ਹਾਂ ਵੀ ਤੁਸੀਂ ਸਾਨੂੰ ਇੱਕ ਵਾਰੀ ਪਰਖੋ, ਇੱਕ ਵਾਰੀ ਮੌਕਾ ਦਿਓ, ਦੇਖੋ ਨਸ਼ਾ ਕਿੱਦਾਂ ਜੜ੍ਹਾਂ ਤੋਂ ਖਤਮ ਕਰਦੇ ਹਾਂ। ਪਰ ਕਾਰਨ ਕੀ ਹੈ ਕਿ ਲੋਕ ਅਸੈਪਟ ਹੀ ਨਹੀਂ ਕਰਦੇ ਪਏ ਪੰਜਾਬ ਵਿੱਚ BSP ਨੂੰ, ਕਿਉਂਕਿ ਹਾਲੇ ਵਿੱਚ ਚੋਣਾਂ ਹੋਈਆਂ, ਦੇਖਿਆ ਚਾਹੇ ਤੁਹਾਡਾ ਪ੍ਰਧਾਨ ਹੀ ਸੀਗਾ ਉਹ ਵੀ ਚੋਣ ਹਾਰ ਚੁੱਕਾ ਹੋਇਆ ਵੈ, ਅਤੇ ਵੋਟ ਪਰਸੈਂਟ ਇਹ ਵੀ ਬਹੁਤ ਘੱਟ ਹੋਇਆ ਵੈ, ਕਿਉਂਕਿ 2019 'ਚ ਤਾਂ ਫਿਰ 2 ਲੱਖ ਵੋਟ ਲੈ ਗਏ ਸੀਗੇ, ਤਾਂ ਇਸ ਵਾਰੀ ਤਾਂ ਲੱਖ ਤੱਕ ਪਹੁੰਚਣਾ ਵੀ ਔਖਾ ਹੋ ਗਿਆ।
ਦੇਖੋ ਹਾਰ ਜਿੱਤ ਜਿਹੜੀ ਹੈਗੀ ਆ ਇਹ ਤਾਂ ਚੱਲਦੀ ਰਹਿੰਦੀ ਆ, ਸਾਡਾ ਮਿਸ਼ਨ ਹੈ। ਹਾਰ ਤਾਂ ਵੱਡੀਆਂ ਪਾਰਟੀਆਂ ਗਈਆਂ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਉਹ ਤਾਂ 400 ਦੇ ਪਾਰ ਦਾ ਨਾਰਾ ਲਾਉਂਦੇ ਸੀ, ਉਹ ਵੀ ਹਾਰ ਗਏ ਕਿ ਬਹੁਤ ਸਾਰੀਆਂ ਸੀਟਾਂ। ਉਹ ਦੇਖੋ ਗੱਠਜੋੜ ਦੇ ਨਾਲ ਸਰਕਾਰ ਬਣਾਈ ਆ, ਐਡੀ ਵੱਡੀ ਪਾਰਟੀ ਹਾਰ ਗਈ। ਕਾਂਗਰਸ ਵਾਲੇ ਦਾਅਵਾ ਕਰ ਰਹੇ ਸੀ ਵੀ ਅਸੀਂ ਸੈਂਟਰੀ ਸਰਕਾਰ ਬਣਾ ਲਾਂਗੇ, ਉਹ ਵੀ ਹਾਰੇ ਆ। ਅਤੇ ਇਹ ਤਾਂ ਹਾਰ ਜਿੱਤ ਤਾਂ ਲੱਗੀ ਰਹਿੰਦੀ ਹੈ। ਤੁਹਾਨੂੰ ਕੀ ਲੱਗਦਾ ਪਿਆ ਕਿ ਮਾਹੌਲ ਕਿ ਜਿਸ ਤਰ੍ਹਾਂ ਸ਼ੀਤਲ ਅੰਗਰਾਲ ਤੁਸੀਂ ਗੱਲ ਕੀਤੀ ਉਹਨੂੰ ਬੀਜੇਪੀ ਵਿੱਚ ਆ ਚੁੱਕੇ ਹੋਏ ਹੈ, 2022 ਵਿੱਚ 4000 ਦੀ ਵੋਟਾਂ ਨਾਲ ਜਿੱਤੇ ਸੀਗੇ, ਅਤੇ ਉਸ ਵੇਲੇ ਸੁਸ਼ੀਲ ਕੁਮਾਰ ਰਿੰਕੂ ਹੁਣੇ ਦੂਜੇ ਨੰਬਰ 'ਤੇ ਸੀ, ਅੱਜ ਉਹ ਦੋਨੋਂ ਇਕੱਠੇ ਹੈਗੇ ਆ, ਲੱਗਦਾ ਕਿ ਇਹ ਚੀਜ਼ ਦਾ ਫਾਇਦਾ ਹੋਊਗਾ ਉਹਨਾਂ ਨੂੰ? ਦੇਖੋ ਹੈ ਤਾਂ ਦੋਨੇ ਦਲ ਬਦਲੂਗਾ, ਦੋਨੇ ਦਲ ਬਦਲੂਗਾ, ਲੋਕਾਂ ਕੀ ਭਰੋਸਾ ਕਰਨਗੇ ਉਹਨਾਂ 'ਤੇ? ਸੁਸ਼ੀਲ ਰਿੰਕੂ ਜੀ 'ਤੇ ਲੋਕਾਂ ਨੇ ਭਰੋਸਾ ਕੀਤਾ, ਉਹਨਾਂ ਨੂੰ MP ਬਣਾਇਆ, ਉਹ MP ਬਣਨ ਤੋਂ ਬਾਅਦ ਉਹਨਾਂ ਉਸੇ ਪਾਰਟੀ ਨੇ ਦੁਆਰਾ ਉਹਨਾਂ ਨੂੰ ਟਿਕਟ ਦਿੱਤੀ, ਉਹ ਛੱਡ ਕੇ ਦੂਸਰੀ ਪਾਰਟੀ ਚਲੇ ਗਏ, ਤਾਂ ਉਹਨਾਂ 'ਤੇ ਕੀ ਲੋਕਾਂ ਹੁਣ ਕੀ ਲੋਕ ਭਰੋਸਾ ਕਰਨਗੇ? ਹੁਣ ਤਾਂ ਭਰੋਸੇ ਨਾਲ ਦੀ ਕੋਈ ਚੀਜ਼ ਹੀ ਨਹੀਂ। ਲੋਕ ਮਤਲਬ ਇਹ ਕੀ ਸਮਝ ਲਈ ਵੀ ਅਸੀਂ ਤਾਂ ਇਹਨਾਂ ਨੂੰ ਵੋਟਾਂ ਪਾਈਆਂ ਹੋਣੀਆਂ ਸੀ, ਇਹਨਾਂ ਦੇ ਬਕਾਊ ਹੋ ਗਏ ਵੀ ਸਾਨੂੰ ਜਿੱਧਰ ਮਰਜ਼ੀ ਉੱਧਰ ਹੀ ਲੈ ਜਾਣਗੇ। ਕੱਲ੍ਹ ਤੱਕਰ ਉਹ ਕਹਿੰਦੇ ਸੀ ਇਹ ਚੋਰ ਪਾਰਟੀ ਆ, BJP ਚੋਰ ਆ, ਤਾਂ ਹੁਣ ਉਹ BJP ਜਾ ਕੇ ਸਾਧ ਬਣ ਗਏ। ਅਤੇ ਗੱਲ ਕਰੀਏ ਤਾਂ ਕਿਉਂਕਿ 2022 ਵਿੱਚ ਤੁਸੀਂ ਅਕਾਲੀ ਦਲ ਦੇ ਨਾਲ ਚੋਣਾਂ ਲੜੀਆਂ ਹੈਗੀਆਂ, ਅੱਜ ਉਹ ਵੀ ਮੁਕਾਬਲੇ ਵਿੱਚ ਹੈ, ਬੀਬੀ ਜਗੀਰ ਕੌਰ ਹੋਣੀ ਕਹਿ ਸਕਦੇ ਕਿ ਨਾਲ ਮੋਢੇ ਦਾ ਮੋਢਾ ਲਾ ਕੇ ਉਮੀਦਵਾਰ ਨਾਲ ਚੱਲਦੀ ਪਈ ਹੈ, ਅਤੇ ਅਗਰ ਇਹ ਕਿੱਥੇ ਨਾ ਕਿੱਥੇ ਇਕੱਠੇ ਹੁੰਦੇ ਤਾਂ ਲੱਗਦਾ ਸੀ ਇਹ ਫਾਇਦਾ ਹੁੰਦਾ BSP ਅਕਾਲੀ ਦਲ ਇਕੱਠੇ ਰਹਿੰਦੇ ਨੇ? ਇਲੈਕਸ਼ਨ ਲੜੀ ਆ ਅਕਾਲੀ ਦਲ ਦੇ ਨਾਲ ਗਠਬੰਧਨ ਕਰਕੇ, ਪਰ ਜਿੱਥੇ ਸਾਨੂੰ ਲੌਸ ਹੋਇਆ, ਸਾਨੂੰ ਫਾਇਦਾ ਕੋਈ ਨਹੀਂ ਹੋਇਆ। ਸਾਡੇ ਵਰਕਰਾਂ ਦੀ ਮੰਗ ਸੀ ਵੀ ਇੱਕ ਵਾਰੀ ਸਮਝੌਤਾ ਕਰ ਲਓ, ਸਮਝੌਤਾ ਕੀਤਾ, ਪਾਰਟੀ ਹਾਈਕਮਾਨ ਨੇ ਸਾਡੀ ਗੱਲ ਨੂੰ ਮੰਨਿਆ, ਸਮਝੌਤਾ ਹੋਇਆ। ਉਹ ਸਮਝੌਤਾ ਜਿਹੜਾ ਸੀ ਸਾਡੇ ਜਿਹੜੇ ਲੋਕ ਸੀ ਉਹਨਾਂ ਨੇ ਅਸੈਪਟ ਨਹੀਂ ਕੀਤਾ, ਉਹਦਾ ਜਿਹੜਾ ਨੁਕਸਾਨ ਸੀ ਹੋਇਆ। ਮਤਲਬ ਅਕਾਲੀ ਦਲ ਆ ਜਿਹੜਾ, ਅਕਾਲੀ ਦਲ ਤਾਂ ਪੂਰੇ ਪੰਜਾਬ ਦੇ ਅੰਦਰੋਂ ਖਤਮ ਹੋ ਚੁੱਕਾ ਹੈ। ਇੱਕ ਸੀਟ ਬੜੀ ਮੁਸ਼ਕਿਲ ਬੀਬੀ ਨੇ ਬਚਾਈ ਆਪਣੀ, ਪੂਰੇ ਪੰਜਾਬ ਦੇ ਅੰਦਰੋਂ ਜੇ ਬੈਸਟ ਏਰੀਏ ਦੀ ਗੱਲ ਕਰੋ ਤਾਂ ਉਹਨਾਂ ਨੂੰ ਕਿੰਨੀ ਵੋਟ ਪਈ ਆ? 5000 ਤਾਂ ਵੋਟ, ਜਿਹੜਾ ਇੱਡਾ ਵੱਡਾ ਚਿਹਰਾ ਸੀਗਾ ਮਹਿੰਦਰ ਸਿੰਘ ਚੱਪੀ, ਕਿੰਨੇ ਵਾਰ ਦਾ ਮੰਤਰੀ ਰਹਿ ਚੁੱਕਾ, MLA ਰਹਿ ਚੁੱਕਾ, MP ਰਹਿ ਚੁੱਕਾ, ਉਹਨੂੰ ਵੋਟ ਪਈ ਆ 5000 ਇੱਥੋਂ ਬੈਸਟ 'ਚੋਂ, ਤਾਂ ਹੁਣ ਉਹ ਕਿੱਦਾਂ MLA 'ਤੇ ਲੋਕ ਕਿੱਦਾਂ ਉਹਨਾਂ ਨੂੰ ਦੁਬਾਰਾ ਜਿਤਾ ਦੇਣਗੇ? ਜੇ ਕਾਂਗਰਸ ਦੀ ਗੱਲ ਕਰੀਏ ਤਾਂ ਹੁਣ ਚਰਨਜੀਤ ਸਿੰਘ ਚੰਨੀ ਵੀ ਉਹਨਾਂ ਨਾਲ ਮੋਢਾ ਲਾ ਕੇ ਚੱਲਦੇ ਪਏ, ਕਿਉਂਕਿ ਹੁਣ ਦੇਖਿਆ ਕਿ ਕਾਫੀ ਵੋਟ ਪਈ ਆ ਉਹਨਾਂ MP ਇਲੈਕਸ਼ਨਾਂ ਵਿੱਚ, ਅਤੇ ਉਹਨਾਂ ਦਾ ਵੀ ਪ੍ਰਭਾਵ ਰਹੂਗਾ ਇਸ ਸੀਟ 'ਤੇ? ਦੇਖੋ ਲੋਕਾਂ ਨੇ ਇੱਕ ਚਿਹਰਾ ਸੀਗਾ ਚਰਨਜੀਤ ਸਿੰਘ ਚੰਨੀ ਨੂੰ ਚਿਹਰਾ ਮੰਨਿਆ, ਕਿਆ ਚਰਨਜੀਤ ਸਿੰਘ ਚੰਨੀ ਆਪੋਜੀਸ਼ਨ ਦਾ ਲੀਡਰ ਬਣਾ ਦਿੱਤਾ ਉਹਨਾਂ ਨੇ? ਕਿਆ ਲੋਕਾਂ ਦੀਆਂ ਜਿਹੜੀਆਂ ਮੰਗਾਂ ਉਹ ਕਿੱਦਾਂ ਪੂਰੀਆਂ ਕਰ ਦੂਗਾ ਉੱਥੇ ਜਾ ਕੇ, ਕਿ ਕਿੱਥੇ ਜਾ ਕੇ ਗੱਲ ਕਰੂਗਾ? ਆਪੋਜੀਸ਼ਨ 'ਚ ਤਾਂ ਕਿਤੇ ਇਹਨੂੰ ਜਗ੍ਹਾ ਹੀ ਨਹੀਂ ਮਿਲੀ। ਅਤੇ ਉਹ ਜਿਹੜਾ ਚਰਨਜੀਤ ਚੰਨੀ ਆ, ਉਹ ਲੋਕ ਆਪਣੇ ਆਪ ਨੂੰ ਇਹ ਵੀ ਚੀਜ਼ ਮਹਿਸੂਸ ਕਰਦੇ ਆ ਵੀ ਅਸੀਂ ਕਦੇ ਗਲਤੀ ਕਰ ਬੈਠੇ ਹਾਂ। ਚਰਨਜੀਤ ਚੰਨੀ ਨੇ ਕੋਈ ਕੰਮ ਇੱਕ ਤਾਂ ਦੱਸੋ ਜਿਹੜਾ ਕੰਮ ਜਾਣੀ ਕਿ ਮਤਲਬ ਸਾਡੇ ਹੱਕ 'ਚ, ਸਟੂਡੈਂਟ ਕਾਸਟਾਂ ਦੇ ਹੱਕ 'ਚ ਕੰਮ ਕੀਤਾ ਹੋਵੇ। ਸਾਡੇ ਹੱਕ ਦੇ ਵਿੱਚ ਕੋਈ ਕੰਮ ਨਹੀਂ ਚਰਨਜੀਤ ਚੰਨੀ ਨੇ ਕੀਤਾ, ਉਹ ਇੱਕ ਲਹਿਰ ਸੀਗੀ, ਚਲੋ ਕਾਂਗਰਸ ਦੀ ਲਹਿਰ ਸੀ, ਇਹਨਾਂ ਨੇ ਸੰਵਿਧਾਨ ਦਾ ਰੌਲਾ ਪਾਇਆ ਵੀ ਸੰਵਿਧਾਨ ਖਤਰੇ ਦਾ, ਇਹਨਾਂ ਨੇ ਜਿਹੜਾ ਸੀਗਾ ਇਸ ਚੀਜ਼ ਨੂੰ ਲੋਕਾਂ ਨੂੰ, ਹੁਣ ਤਾਂ ਕੋਈ ਰੌਲਾ ਹੀ ਨਹੀਂ ਗਾ ਸੰਵਿਧਾਨ ਦਾ, ਹੁਣ ਤਾਂ ਜਿਮਨੀ ਚੋਣ ਹੋ ਰਹੀ ਆ, ਸਰਕਾਰ ਹੈਗੀ ਆ BJP ਉਹਨਾਂ ਦੀ, ਆਮ ਪਾਰਟੀ ਦੀ, ਹੁਣ ਮਤਲਬ ਇਹਨਾਂ ਨੂੰ ਕੀ ਉਹਦੇ ਨਾਲ ਕੀ ਹੋ ਸਕਦਾ? ਬਹੁਤ ਬਹੁਤ ਸ਼ੁਕਰੀਆ। ਅਤੇ ਸਾਡੇ ਨਾਲ ਬਿੰਦਰ ਜੀ ਸੀਗੇ BSP ਦੇ ਉਮੀਦਵਾਰ, ਉਹਨਾਂ ਦਾ ਕਹਿਣਾ ਕਿ ਇਸ ਵਾਰ ਲੋਕ ਸਾਡੇ ਕੋਲ ਆ ਕੇ ਕਹਿੰਦੇ ਸੀ ਕਿ ਤੁਸੀਂ ਮੈਦਾਨ 'ਚ ਉਤਰੋ, ਅਤੇ ਬਾਕੀ ਬਹੁਤ ਸਾਰੇ ਮੁੱਦੇ ਹੈ, ਹੁਣ ਵੇਖਣ ਵਾਲੀ ਗੱਲ ਹੋਊਗੀ ਕਿ 10 ਤਰੀਕ ਨੂੰ ਲੋਕ ਕਿੰਨੇ ਪਰਸੈਂਟ ਜਿਹੜੇ ਕਿ ਵੋਟ ਪਾਉਂਦੇ ਅਤੇ 13 ਨੂੰ ਨਤੀਜੇ ਕੀ ਸਾਹਮਣੇ ਆਉਂਦੇ ਹੈ। ਕੈਮਰਾਮੈਨ ਅਜੇ ਦੇ ਨਾਲ ਮੈਂ ਰਾਘਵ ਜੈਨ, ਨਿਊਜ਼ 18 ਪੰਜਾਬ, ਜਲੰਧਰ।